ਜਰਨੈਲ ਤਰੋਂਦੇ ਨਹੀਂ ਗਾਜ਼ੇ ਜਰਨੈਲ ਤਰੋਂਦੇ ਨਹੀਂ ਗਾਜ਼ੇ ਤਰੋਂਦੇ ਗਾਜ਼ੇ ਜਰਨੈਲ ਤਰੋਂਦੇ ਨਹੀਂ ਗਾਜ਼ੇ ਜਰਨੈਲ ਤਰੋਂਦੇ ਨਹੀਂ ਗਾਜ਼ੇ ਜਰਨੈਲ ਤਰੋਂਦੇ ਨਹੀਂ ਗਾਜ਼ੇ ਜਰਨੈਲ ਤਰੋਂਦੇ ਨਹੀਂ ਗਾਜ਼ੇ ਹੈਣ ਰਾਜਿਓ ਜਰਨੈਲ ਤਰੋਂ ਦੇ ਨਹੀਂ ਗਾ ਲੁਕ ਲੁਕ ਨੀਰਵਾ ਜਰਨੈਲ ਤਰੋਂਦੇ ਨਹੀਂ ਗਾਜ਼ੇ ਜਰਨੈਲ ਤਰੋਂਦੇ ਨਹੀਂ ਤੂੰ ਰੋ ਪੋਸੇ ਮੈਂ ਰੋ ਪੋਸਾ ਤੂੰ ਰੋ ਪੋਸੇ ਮੈਂ ਰੋ ਪੋਸਾ ਰੋ ਪੋਸੀ ਆਨ ਦਿਮਾ ਜਰਨੈਲ ਤਰੋਂਦੇ ਜਰਨੈਲ ਤਰੋਂਦੇ ਨਹੀਂ ਗਾਜ਼ੇ ਜਰਨੈਲ ਤਰੋਂਦੇ ਨਹੀਂ ਸਰ ਤੂੰ ਪੈਰਾਂ ਤਈ ਅਰਸ਼ ਕਾ ਮਤਬਾਸ ਕੁਰੇ ਦਾ ਖੜਾ ਉਹ ਕਿਹੋ ਜਿਹੀ ਅਮਨ ਲਰੋ ਸੀ ਜਿਹੜਾ ਇਮਾਮ ਹੁਸੈਨ ਅਲੈ ਸਲਾਮ ਦੇ ਸਾਹਮਣੇ ਗਾਜ਼ੀ ਰੋਂਦਾ ਖੜਾ ਖਾਨਾ ਲਾ ਕੇ ਅਬਾਸ ਕੋ ਖੜਿਆ ਦਿਲ ਤੇਰੇ ਸਾਏ ਦੀ ਵੀ ਖੈਰ ਹੋਵੇ ਤੇਰੇ ਨਾਲ ਮੇਰਿਆ ਸਰਦਾਰੀਆਂ ਹਨ ਤੇਰੇ ਸਾਏ ਦੀ ਵੀ ਖੈਰ ਹੋਵੇ ਤੇਰੇ ਨਾਲ ਮੇਰਿਆ ਸਰਦਾਰੀਆਂ ਹਨ ਤੈਨੂੰ ਕੁਝ ਜ਼ਿਆਦਾ ਵੈਸੀ ਬੇਕਸ ਤੇ ਤੈਨੂੰ ਕੁਝ ਜ਼ਿਆਦਾ ਵੈਸੀ ਬੇਕਸ ਤੇ ਇੱਕ ਲੱਖ ਗਰੀਬੀਆ ਜਰਨੈਲ ਤਰੋਂਦੇ ਨਹੀਂ ਖੁਦਾ ਜਾਣਦਾ ਜਿਵੇਂ ਮਰਜ਼ੀ ਬੈ ਸੁਣ ਸਾਰੀ ਮਜਲਿਸ ਬੋਲ ਵੰਜੀ ਹੈ ਲਫ਼ਜ਼ ਨਾ ਭੁੱਲੀ ਮੈਂ ਅੱਗੇ ਆਖਿਆ ਅਸਾਂ ਕੋਈ ਨਾ ਸੇ ਬਾਬਾ ਤਵੱਜੋ ਅਸਾਂ ਕੋਈ ਨਾ ਸੇ ਅਸਾਂ ਕੋਈ ਨਾ ਸੇ ਜ਼ਿਕਰ ਹਾਈ ਅਸਾਂ ਕੋਈ ਨਾ ਉਸ ਨੂੰ ਜ਼ਿਕਰ ਕਿਆਮਤ ਤਾਈਂ ਪੜ੍ਹਨ ਵਾਲੇ ਪੜ੍ਹਦੇ ਰਾਜ ਸਨ ਲੇਕਿਨ ਅੱਲਾ ਜਾਣਦੇ ਤਾਲਿਬ ਇਲਮਾਨਾ ਬਾਬਾ ਨਾ ਬੋਲੋ ਨਿਆਜ਼ ਹੁਸੈਨ ਨਾ ਬੋਲੋ ਤੂੰ ਚੁੱਪ ਕਰ ਪੱਲਾ ਤਾਲਿਬ ਇਲਮਾਨਾ ਜ਼ਿੰਮੇਦਾਰੀ ਨਾਲ ਗੱਲ ਪਿਆ ਕਰੇ ਨਾ ਬਹੁ ਔਖੇ ਮਾਹੌਲ ਬਣਾਏ ਮੈਂ ਆਲਿਮਾਨਾ ਨਾ ਮੈਂ ਅਰਜ਼ ਕੀਤਾ ਤਾਲਿਬ ਇਲਮਾਨਾ ਜ਼ਿੰਮੇਦਾਰੀ ਨਾਲ ਗੱਲ ਪਿਆ ਕਰੇ ਨਾ ਸੂਰੇ ਇਸਰਾਫੀਲ ਤਾਈਂ ਮਹਸ਼ਰ ਦੀ ਫਜਰ ਤਾਈਂ ਆਪਣੇ ਲਫ਼ਜ਼ਾਂ ਦਾ ਜ਼ਿੰਮੇਦਾਰ ਹਾਂ ਜਿਤਨੇ ਮਰਜ਼ੀ ਪੜ੍ਹਨ ਵਾਲੇ ਆਵਣ ਮੈਂ ਸਮੇਤ ਔਕਾਤ ਹੀ ਨਹੀਂ ਸਾਡੀ ਸਿਵਾਏ ਰਾਤ ਰੋਵਣ ਵਾਲੇ ਇਮਾਮ ਦੇ ਤੁਹਾਨੂੰ ਕੋਈ ਨਹੀਂ ਦਿਸਾ ਸਕਦਾ ਮੌਲਾ ਬਾਸ ਦੇ ਹੱਥ ਕਿਤਨਾ ਕੀਮਤੀ ਆ ਜਿਨ੍ਹਾਂ ਦੇ ਕੱਟ ਵੰਜਣ ਦੇ ਬਾਅਦ ਅੱਲਾ ਜਾਣਦਾ ਜਿਨ੍ਹਾਂ ਦੇ ਕਲਮ ਵੰਜਣ ਦੇ ਬਾਅਦ ਚਾਦਰ ਤਤਹੀਰ ਤਿਆਦ ਬੋਝ ਕੌਣ ਦੱਸਾ ਸਕੇ ਇੱਕ ਲਫ਼ਜ਼ ਨਿਆਜ਼ ਹੁਸੈਨ ਇਮਾਮ ਹੁਸੈਨ ਅਲੈਹ ਸਲਾਮ ਨੇ ਇਵੇਂ ਦੂਹੇ ਹੱਥ ਮੌਲਾ ਪਾਸ ਦੇ ਪਕੜਨ ਹਾਂ ਨਾਲ ਲੈਣ ਵੱਲ ਬੋਸ ਦਿੱਤਾ ਏ ਵੱਲ ਅੱਖਾਂ ਤੇ ਲੈਣ ਵੱਲ ਹਾਂ ਨਾਲ ਲੈਣ ਹਏ ਬੁੱਢੀ ਕੂ ਕਹੀਏ ਮਾਲਿਕ ਤਾਂ ਨੌਕਰ ਦੇ ਹੱਥ ਨੇ ਫਰਮੇਂਦੇ ਨੇ ਇੰਨੀ ਤਾਂ ਲਾਜ਼ੇ ਦੇ ਮਹਿਮਾਨ ਇਮਾਮ ਹੁਸੈਨ ਅਲੈਹ ਸਲਾਮ ਫਰਮੇਂਦੇ ਨੇ ਤੇਰੇ ਹੱਥਾਂ ਦੇ ਹੋਂਦਿਆਂ ਬੇਕਸ ਤਈਂ ਭਲਾ ਕਹਿੰਦੇ ਹੱਥ ਆ ਸਕਦੇ ਹਨ ਤੇਰੇ ਹੱਥਾਂ ਦੇ ਹੋਂਦਿਆਂ ਬੇਕਸ ਤਈਂ ਭਲਾ ਕਹਿੰਦੇ ਹੱਥ ਆ ਸਕਦੇ ਹਨ ਜਰਨੈਲ ਤਰੋਂਦੇ ਨਹੀਂ ਗਾਜ਼ੇ ਜਰਨੈਲ ਖੁਦਾ ਜਾਣਦਾ ਔਖੇ ਲਫ਼ਜ਼ਾਂ ਤੇ ਆ ਗਈਆਂ ਜਿਤਨੇ ਆਏ ਬੈਠੇ ਹੋ ਸਾਰਿਆਂ ਦੇ ਘਰਾਂ ਤੇ ਅਲਮੇ ਅਬਾਸ ਲੱਗੇ ਇਹ ਸਾਹਮਣੇ ਮਸਜਿਦ ਦੇ ਨਾਲ ਅਲਮੇ ਅਬਾਸ ਉਹ ਅਲਮੇ ਅਬਾਸ ਤੁਹਾਡੇ ਕੋਲ ਕੋਈ ਜੋ ਪੁੱਛਦਾ ਸਰ ਚਾਹੋ ਜਵਾਨ ਬਜ਼ੁਰਗ ਸਾਰੇ ਬਾਬਾ ਜਵਾਬ ਦੇਣਾ ਹੈ ਤੁਹਾਡੇ ਕੋਲ ਕੋਈ ਜੋ ਪੁੱਛੇ ਤੁਸੀਂ ਘਰਾਂ ਤੇ ਕਿਆ ਲਾਇਆ ਹੋਇਆ ਹੈ ਤੁਸੀਂ ਕਿਆ ਦਿਓ ਜੀ ਅਲਮਬਾ ਅਲਮ ਮੌਲਾ ਬਾਸ ਹੈ ਨਾ ਆ ਮੈਂ ਦੱਸਾਂ ਵਾਂ ਇਮਾਮ ਹੁਸੈਨ ਅਲੈ ਸਲਾਮ ਦੀ ਪਾਕ ਨਿਗਾਹ ਚ ਕਿਆ ਹੈ ਅਕਬਰ ਕੋਹਾ ਕੇ ਮੁਤਮਈਨ ਖੜਾ ਹੈ ਮੌਲਾ ਬਾਸ ਅਲੈ ਸਲਾਮ ਦੇ ਅਲਮ ਦੇ ਲੋਇਕ ਕੇ ਮੌਲਾ ਹੁਸੈਨ ਫਰਮੇਨ ਤੈਡਾ ਅਲਮ ਤੈਡਾ
تو سادے علم عباس ہے مولا حسین کیا فرمینن فرمینن تیڈا علم بلند نہیں چن غازی اے تا بخت کھڑا ہے میری بھینی دا تیڈا علم بلند نہیں چن غازی اے تا بخت کھڑا ہے میری بھینی دا تیڈا علم بلند نہیں چن غازی اے تا بخت کھڑا ہے میری بھینی دا بابا نیاز حسین نہ بولو نیاز ممبر چھوڑے سوے نہ نیاز حسین نہ بولو نہ بولو جڑا بلند نال چپ کراوے مولا حسین علیہ السلام غازی میں تو دیکھ حکم نہیں مولا فرمائے میرے دیکھ حیا والا امام حسین علیہ السلام نے اپنا سجا ہاتھ نہ مولا عباس دی سونی داڑھی تے رکھی فرمائیں میں جو آدا میں دیکھ سر تا چہرہ مبارک تا بلند ہو گیا لیکن اکھیں زکیاں رہ گیا امام حسین علیہ السلام دیکھیں امام حسین علیہ السلام مولا عباس دے پسے لب ہلے کائنات دی جرت نہیں مولا عباس دے سامنے ساہ کٹیا تے کیڑا قدر شناس ہے عباس کتنا رو سکتا ہے جملے تے امام حسین سکھ دیان غازی رج کے میرے نال علاوے علی سکھ دیان دھی رج کے علاوے میرے نال ایڈا ہیاں والا امام حسین علیہ السلام سکھ دیان جو عباس میں جنال رج کے علاوے مولا جان دے سرکار سید و شہدا نے ڈٹھے مولا عباس دے تسلہ بھلن مولا فرمیندے غازی کو جاکھنا چاہندے ہو مولا عباس کوئی گل تا کیتی ہے لہجہ اتنا دھیما ہاتھ تھوڑ جو امام حسین قریب کھڑے ہیں نا آواز نہیں آئی جنہ میرے پاس دیکھنے منظر سمجھا سی امام حسین علیہ السلام ایک قدم اگا بات کیا دن ہون دسو کیا آکھنا چاہتے ہو بڈیو کو کہیے مالک ول ول جو فرمین دے ہو جرنائل تروں دے نہیں بس یہ کچھ پوچھ دا مولا او فوج کتا ہے جیندہ میں جرنائل فوج تا مک گئی امام حسین علیہ السلام تمہیں بازوان نال پکڑ کے مولا باز کوہاں نال لائے پہشانی چمکیا دل کیوں آدھے فوج تا مک گئی عباس تمہیں ڈالش کر ہائی کیوں آدھے فوج تا مک گئی عباس تمہیں ڈالش کر ہائی تد بات میں غازی تھی ویسا چھوٹے چھوٹے بچے جڑے بیٹھے انہاں کوئی گل یہ جواب پتا ہی ایک چہرے تے کتنا اکھاں ہیں جی اچھا 900,000 شامی تے اکھاں کتنیاں کتنا امام حسین علیہ السلام نے مولا عباس دیاں وسطیاں اکھاں تے بوسا دتا ہے فرمیندن تیرے تے کیویں مان نہ کراں عباس 18,00,000 اکھیاں تیرے خوف تو اج تئی ستیاں نہیں عباس 18,00,000 اکھیاں تیرے خوف تو اج تئی ستیاں نہیں عباس 18,00,000 اکھیاں تیرے خوف تو اج تئی ستیاں نہیں تیرے بعد نہ رج رج سمنا جرنیل تروند نہیں غازی جرنیل
لتروں دے نہیں خدا جان دے تے سونی ہے کیتی اڈو وین مزید پنا سید شہدا فرمیند عباس سے تلوار میں کلے منظر دیکھنے زانو زمین ترک کے تلوار سر تو بلند کر کے مولا عباس فرمیند مالک خالی تلوار دیواں یا ہتھی حاضر ہی نہیں تو تا غازی دا مالک جو یوں فرمیند بے شک ونج مقتل چن ویرن پارے تلوار نہ چا کے ونج بے شک ونج مقتل چن ویرن پارے تلوار نہ چا کے ونج ہر لتروند نہیں غازی جرنے لتروند نہیں غازی جرنے خدا جان دے شاید مقامات ہی کو بین مولا فرمیند غازی مشک ہے پوائیے او میں سب کے تھی تواری ہے نکل پئیے مولا جو حکم ہوئے جو امر ہوئے مولا فرمیندن میں نہیں آدھا جو مشک واپس کر لیکن میری گل سن عباس جی مالک غازی تیکو مشک پوائی اے جائے اوکو رج رج کے ول ملیا ونج غازی تیکو مشک پوائی اے جائے اوکو رج رج کے ول ملیا ونج تجھو نا جرنیل تلا دے غازی تو لاوے دا میں بھائی